ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਆ ਮੇਰੇ ਚੈਨਲ ਫੋੜੋ ਪੰਜਾਬ 'ਤੇ। ਅੱਜ ਅਸੀਂ ਗੱਲ ਕਰਾਂਗੇ ਕਿ ਸੈਲਰੀ ਸਲਿੱਪ ਜਾਂ ਸੈਲਰੀ ਸਟੇਟਮੈਂਟ ਅਸੀਂ ਆਪਣੇ ਕਿਵੇਂ ਚੈੱਕ ਕਰ ਸਕਦੇ ਹਾਂ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸਨੂੰ ਸਬਸਕ੍ਰਾਈਬ ਕਰ ਦਿਓ। ਆਓ ਸ਼ੁਰੂ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਲੈਪਟੋਪ ਜਾਂ ਕੰਪਿਊਟਰ ਹੈ ਉਸ 'ਤੇ ਕੋਈ ਵੀ ਬਰਾਊਜ਼ਰ ਖੋਲ੍ਹਾਂਗੇ ਜਿਵੇਂ ਕਿ ਕ੍ਰੋਮ ਬਰਾਊਜ਼ਰ। ਉਸ ਦੇ ਵਿੱਚ ਅਸੀਂ ਆਹ ਸਾਈਟ ਖੋਲ੍ਹਣੀ ਹੈ hrms.punjab.gov.in। ਤੁਸੀਂ ਸਾਰਿਆਂ ਨੇ ਇਸ ਸਾਈਟ ਨੂੰ ਖੋਲ੍ਹ ਲੈਣਾ। ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਵੀ ਦੇ ਦਿੱਤਾ ਹੈ, ਤੁਸੀਂ ਉੱਥੋਂ ਵੀ ਕਲਿੱਕ ਕਰ ਸਕਦੇ ਹੋ। ਜਦੋਂ ਤੁਸੀਂ ਇਹ ਸਾਈਟ ਖੋਲ੍ਹੋਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ। ਇੱਥੇ ਦੇਖੋ ਲਿਖਿਆ ਹੋਇਆ ਹੈ ਗੈਟ ਇੰਪਲਾਈ ਕੋਡ ਐਂਡ ਲੋਗਿਨ। ਜੇ ਤੁਹਾਡੇ ਕੋਲ ਆਪਣਾ ਇੰਪਲਾਈ ਕੋਡ ਨਹੀਂ ਹੈਗਾ ਤਾਂ ਤੁਸੀਂ ਗੈਟ ਇੰਪਲਾਈ ਕੋਡ 'ਤੇ ਆਪਣਾ ਕਲਿੱਕ ਕਰੋਗੇ, ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਏਗਾ। ਅਤੇ ਤੁਸੀਂ ਡੇਟ ਆਫ ਬਰਥ ਜਾਂ UID ਜੋ ਵੀ ਆ ਸਿਲੈਕਟ ਕਰਕੇ ਆਪਣਾ ਡੇਟ ਆਫ ਬਰਥ ਪਾਓਗੇ। ਉਸ ਤੋਂ ਬਾਅਦ ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ ਕੈਪਚੇ ਕਰਕੇ ਜਦੋਂ ਫੈਚ ਇੰਪਲੋਈ ਕੋਡ ਕਰੋਗੇ ਤਾਂ ਤੁਹਾਡੇ ਮੋਬਾਈਲ 'ਤੇ ID ਆ ਜਾਵੇਗੀ। ਹੁਣ ਗੱਲ ਕਰਦੇ ਹਾਂ ਕਿ ਜੇ ਤੁਹਾਡੇ ਕੋਲ ID ਹੈ ਤਾਂ ਕੀ ਕਰਨਾ ਹੈ। ਤਾਂ ਫਿਰ ਤੁਸੀਂ ਇੱਥੇ ਲੋਗਿਨ 'ਤੇ ਕਲਿੱਕ ਕਰਨਾ ਹੈ। ਇਸ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਵਿੰਡੋ ਓਪਨ ਹੋ ਜਾਏਗੀ। ਉਸ ਦੇ ਵਿੱਚ ਤੁਸੀਂ ਆਪਣਾ ID ਅਤੇ ਪਾਸਵਰਡ ਅਤੇ ਕੈਪਚੇ ਨੂੰ ਫਿਲ ਕਰਕੇ ਲੋਗਿਨ ਕਰਨਾ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਇੱਥੇ ਲੋਗਿਨ ਕਰ ਚੁੱਕਾ ਹਾਂ। ਇਸ ਤਰ੍ਹਾਂ ਦਾ ਜਦੋਂ ਤੁਸੀਂ ਲੋਗਿਨ ਕਰੋਗੇ ਇੰਟਰਫੇਸ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ, ਜਿਸ ਦੇ ਵਿੱਚ ਤੁਹਾਡਾ ਡਿਪਾਰਟਮੈਂਟ, ਤੁਹਾਡਾ ਨਾਮ, ਤੁਹਾਡਾ ਰੋਲ ਜਿਹੜਾ ਹੈ ਉਹ ਸ਼ੋਅ ਹੋ ਜਾਏਗਾ। ਜਿਸ ਦੇ ਵਿੱਚ ਕਾਫੀ ਸਾਰੀਆਂ ਆਪਸ਼ਨ ਆ ਰਹੀਆਂ ਹਨ। ਅਸੀਂ ਆਪਣੀ ਸੈਲਰੀ ਸਟੇਟਮੈਂਟ ਜਾਂ ਸੈਲਰੀ ਸਭ ਤੋਂ ਪਹਿਲਾਂ ਅਸੀਂ ਕਲਿੱਕ ਕਰਨਾ ਹੈ ਮਾਈ ਸਰਵਿਸਿਸ 'ਤੇ, ਜਿੱਥੇ ਮਾਈ ਪੇਰੋਲ ਸਰਵਿਸਿਸ, ਜਿੱਥੇ ਕਾਫੀ ਸਾਰੀਆਂ ਆਪਸ਼ਨਸ ਤੁਹਾਡੇ ਅੱਗੇ ਖੁੱਲ੍ਹ ਜਾਣਗੀਆਂ। ਉਸ ਤੋਂ ਬਾਅਦ ਤੁਸੀਂ ਨੀਚੇ ਆਉਣਾ ਹੈ ਪੇ ਸਲਿੱਪ, ਇਸ 'ਤੇ ਤੁਸੀਂ ਕਲਿੱਕ ਕਰਨਾ ਹੈ। ਜਿਵੇਂ ਤੁਸੀਂ ਪੇ ਸਲਿੱਪ 'ਤੇ ਕਲਿੱਕ ਕਰੋਗੇ ਇਸ ਤਰ੍ਹਾਂ ਤੁਹਾਡੇ ਸਾਹਮਣੇ ਵਿੰਡੋ ਓਪਨ ਹੋਏਗੀ। ਉਸ ਵਿੱਚ ਤੁਸੀਂ ਆ ਰਿਹਾ ਮੰਥ ਅਤੇ ਈਅਰ, ਤੁਸੀਂ ਇੱਥੇ ਸਲੈਕਟ ਕਰਨਾ ਹੈ ਕਿਹੜੇ ਮੰਥ ਦੀ ਦੇਖਣੀ ਹੈ। ਸਪੋਜ ਤੁਸੀਂ ਜੂਨ ਮੰਥ ਦੀ ਆਪਣੀ ਸੈਲਰੀ ਦੇਖਣੀ ਹੈ, ਜੇ ਤੁਸੀਂ ਜੂਨ ਨੂੰ ਸਲੈਕਟ ਕਰੋਗੇ ਜੂਨ 4 'ਤੇ ਕਲਿੱਕ ਕਰੋਗੇ। ਜਦੋਂ ਤੁਸੀਂ ਜੂਨ 4 'ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਇੱਕ ਸਲਿੱਪ ਸ਼ੋਅ ਹੋ ਜਾਏਗੀ, ਜਿਸ ਨੂੰ ਤੁਸੀਂ ਪ੍ਰਿੰਟ ਵੀ ਲੈ ਸਕਦੇ ਹੋ ਅਤੇ ਸੇਵ ਵੀ ਕਰ ਸਕਦੇ ਹੋ। ਸੇਵ ਦੀ ਆਪਸ਼ਨਸ ਵੀ ਆ ਰਹੀਆਂ ਹਨ। ਇਸ ਦੇ ਵਿੱਚ ਤੁਹਾਡਾ ਨਾਮ, ਤੁਹਾਡਾ ਡਿਪਾਰਟਮੈਂਟ, ਤੁਹਾਡਾ ਅਕਾਊਂਟ ਨੰਬਰ, ਜੁਆਇਨਿੰਗ ਡੇਟ ਸਾਰਾ ਕੁਛ ਹੀ ਇੱਥੇ ਸ਼ੋਅ ਹੋ ਜਾਏਗਾ। ਇਸ ਦੇ ਵਿੱਚ ਤੁਹਾਡੀ ਪੂਰੀ ਸੈਲਰੀ ਸ਼ੋਅ ਹੋ ਜਾਏਗੀ। ਤੁਸੀਂ ਇਸ 'ਤੇ ਦੇਖ ਸਕਦੇ ਹੋ ਕਿ ਤੁਹਾਡੀ ਬੇਸਿਕ ਪੇ ਕਿੰਨੀ ਹੈ, ਗ੍ਰੇਡ ਪੇ ਕਿੰਨੀ ਹੈ, IR BA ਕਿੰਨਾ ਲੱਗਾ ਹੈ, ਸਾਰਾ ਕੁਛ, ਅਤੇ ਤੁਹਾਡੀ ਡਿਡਕਸ਼ਨ ਕਿੰਨੀ ਹੈ। ਇਹ ਸਾਰਾ ਕੁਛ ਤੁਹਾਨੂੰ ਇੱਥੇ ਸ਼ੋਅ ਹੋ ਜਾਏਗਾ, ਜੋ ਤੁਹਾਡੀ ਜੂਨ ਮਹੀਨੇ ਦੀ ਸੈਲਰੀ ਤੁਹਾਡੇ ਅਕਾਊਂਟ ਵਿੱਚ ਆਈ ਹੈ, ਜੋ ਤੁਹਾਨੂੰ ਜਾਂ ਤੁਹਾਡੇ ਡਿਪਾਰਟਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਇਸ ਨੂੰ ਤੁਸੀਂ ਐਜ਼ ਆ PDF ਸੇਵ ਵੀ ਕਰ ਸਕਦੇ ਹੋ। ਦੇਖੋ ਇੱਥੇ ਸੇਵ ਹੋ ਗਏ ਆ ਅਤੇ ਉਸਨੂੰ ਤੁਸੀਂ ਬਾਅਦ ਵਿੱਚ ਚੈੱਕ ਵੀ ਕਰ ਸਕਦੇ ਹੋ। ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ, ਜਿਨ੍ਹਾਂ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਧੰਨਵਾਦ।